ਪਹਿਲਾਂ ਲੁੱਟ ਦੇ ਫਿਰ ਕੁੱਟ ਦੇ। ਇਹਨਾਂ ਲੁਟੇਰਿਆਂ ਨੇ ਇੰਨੇ ਦਿਨੀ ਵਕਤ ਪਾਇਆ ਹੋਇਆ। ਆਮ ਲੋਕਾਂ ਨੂੰ ਰਾਹ ਜਾਂਦਿਆਂ ਨੂੰ ਘੇਰਦੇ ਨੇ, ਪਹਿਲਾਂ ਕੁੱਟਮਾਰ ਕਰਦੇ ਨੇ, ਫਿਰ ਉਹਨਾਂ ਤੋਂ ਪੈਸੇ ਤੇ ਮੋਬਾਈਲ ਖੋਹ ਕੇ ਭੱਜ ਲੈਂਦੇ ਨੇ। ਇਹਨਾਂ ਲੁਟੇਰਿਆਂ ਦੇ ਵੱਲੋਂ ਫਾਇਰਿੰਗ ਵੀ ਕੀਤੀ ਜਾਂਦੀ ਹੈ। ਜੇਕਰ ਕੋਈ ਵਿਰੋਧ ਕਰੇ ਤਾਂ ਉਸ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ ਜਾਂਦੇ ਨੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਜੰਡਿਆਲਾ ਗੁਰੂ ਤੋਂ, ਜਿੱਥੇ ਇੱਕ ਸ਼ਖਸ ਨੂੰ ਘੇਰ ਕੇ 10,000 ਦੀ ਲੁੱਟ ਕੀਤੀ ਗਈ ਔਰ ਇਸ ਦੇ 2 ਮੋਬਾਈਲ ਲੈ ਕੇ ਲੁਟੇਰੇ ਫਰਾਰ ਹੋ ਗਏ। ਦੱਸ ਦਈਏ ਕਿ ਪਹਿਲਾਂ ਇਹਨਾਂ ਨੇ 2 ਰਾਊਂਡ ਫਾਇਰ ਕੀਤੇ, ਫਿਰ ਤੇਜ਼ਧਾਰ ਹਥਿਆਰਾਂ ਦੇ ਨਾਲ ਐਕਟਿਵਾ ਸਵਾਰ ਉੱਪਰ ਹਮਲਾ ਕੀਤਾ। ਜ਼ਖਮੀ 2 ਵਿਅਕਤੀਆਂ ਨੂੰ ਜੰਡਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਮੈਂ ਬੰਡਾਲਾ ਸਾਰਾ ਤਾਂ ਮੇਰੇ ਪਿੱਛੇ ਬੰਦੇ ਆ ਗਏ। ਹਾਂਜੀ, ਫਿਰ ਜਾਨੀਆਂ ਦੇ ਪਾਸ ਮੈਂ, ਉਹਨਾਂ ਨੇ ਮੇਰੀ ਐਕਟਿਵਾ ਨੂੰ ਲਾਤ ਮਾਰ ਫਿਰ ਵੀ ਐਕਟਿਵਾ ਮੈਨੂੰ ਨਹੀਂ ਰੋਕੀ ਆਪਣੀ। ਫਿਰ ਦੁਬਾਰਾ ਫਿਰ ਉਹਨਾਂ ਨੇ ਮੇਰੀ ਐਕਟਿਵਾ ਮੈਂ ਦਾਤਰ ਮਾਰਾ, ਫਿਰ ਮੈਂ ਨੀਚੇ ਡਿੱਗਿਆ। ਫਿਰ ਉਹਨਾਂ ਨੇ ਮੇਰੇ ਨੀਚੇ ਵਿਚਾਰ ਕੇ ਫਿਰ ਸਾਰੇ ਪੈਸੇ ਮੇਰੇ 10,000 ਰੁਪਏ ਤੇ ਮੋਬਾਈਲ ਥਾ ਸਭ ਲੈ। ਆਪਕੇ ਸਾਥ ਕੌਣ ਕੌਣ ਥਾ? ਬਸ ਮੇਰਾ ਭਤੀਜਾ ਥਾ ਇੱਕ, ਉਸਕੇ ਪਾਸ ਵੀ ਮੋਬਾਈਲ ਥਾ। ਉਸਕੇ ਪਾਸ ਮੋਬਾਈਲ ਥਾ, ਦੋਨੋਂ ਮੋਬਾਈਲ ਛਿਨੇ ਗਏ। ਕੋਈ ਫਾਇਰ ਵੀ ਕੀਤਾ ਸੀ ਉਹਨਾਂ? ਹਾਂ, ਜੈਸੇ ਕਿ ਉਹਨਾਂ ਨੂੰ ਮਾਰਾ ਹੈ ਦਾਂ ਤੱਕ ਉਸ ਮੈਂ ਐਕਟਿਵਾ ਨੂੰ ਹਟਾ ਕੇ ਦੇਣਾ। ਕਿੰਨੇ ਆਦਮੀ ਥੇ? 3 ਬੰਦੇ ਥੇ। ਠੀਕ, ਕਹਾਂ ਜਾ ਰਹੇ ਥੇ ਆਪ? ਹਮੇ ਮਹਿੰਦੀ ਲਗਾ ਕੇ ਆ ਰਹਾ ਥਾ। ਆ ਰਹੇ ਜੰਡਿਆਲਾ ਵਾਲੇ ਥੇ? ਹਾਂਜੀ। ਤੋ ਕਹਾਂ ਪਰ ਆਪਕੋ ਮਿਲੇ ਥੇ? ਵੋ ਮੇਰੇ ਕੋ ਜਾਨੀਆਂ ਸੇ ਪੀਛੇ ਮਿਲੇ ਥੇ, ਜਬ ਹਮ ਬੰਡਾਲਾ ਸੇ ਨਿਕਲੇ ਹਮਾਰੇ ਪੀਛੇ ਥੇ। ਵੋ ਕਿੰਨੇ ਆਦਮੀ ਥੇ? 3 ਬੰਦੇ ਥੇ। ਤੋ ਉਸਕੇ ਚਿਹਰੇ ਨੂੰ ਕਿਦਿਗ? ਨੇ ਚਿਹਰੇ ਸਭ ਕੇ ਬੰਦੇ ਹੋਏ ਥੇ। ਕਿਤਨੀ ਚੋਟ, ਕਹਾਂ ਕਹਾਂ ਚੋਟ ਲਗਾਈ ਆਪਨੇ? ਮੇਰੇ ਇੱਕ ਪੈਰ ਸੇ ਹੈ, ਜਿਸਮੇ ਪੈਰ ਮੇ ਮਾਰਾ, ਦਾਂਤ ਉਲਟਾ ਕਰ ਬਸ। ਪੁਲਿਸ ਕੋ ਸੂਚਿਤ ਕਰ ਦਿਆ? ਹਾਂਜੀ।